Shamadan. जी श्रोतो, मैं स्वर्ण सिंह दानियाल जी तुहाडे नाल जुड़ गया जी रेडियो पंजाब टुडे ते प्रोग्राम शमादान लैके। जी श्रोतो, साडे नाल हुण इस वक्त जुड़ गए ने ओएसडी टू डिप्टी सीएम चरणजीत सिंह बराड़, जो कि रैली जिहड़ी हो रही है जी परल जिहड़ी है कलोनी बठिंडे दे विच कट्टी गई है उत्थे। सो इस जगह बारे जिहड़ा जी काफी वावरूला उठ गया कि जिहड़ी परल कंपनी लगातार लुट सुट करके पंजाब दे विचों गायब हो गई है। सो उही परल कंपनी जिहड़ी है जी उन्हां दी जगह दे उत्ते जिहड़ी श्रोमणी अकाली दल वल्लों सद्भावना रैली कीती जा रही है, उस दे बारे सुनील जाखड़ होरां ने जिस तरह कहा कि अकाली दल जिहड़ा है जी अपना भू माफिया ते जिहड़ा चिटफंड माफिया उन्हूं संरक्षण दे रहा, उन्हूं प्रोटेक्शन दे रहा। सो इसे गल दे उत्ते गलबात करदे हां चरणजीत सिंह होरां नाल। चरणजीत जी, बहुत बहुत स्वागत तुहाडा रेडियो पंजाब दे विच। धन्यवाद जी सर, थोड़ा धन्यवाद। बाहर बैठे जिहड़े मेरे एनआरआई भैन भरा ने उन्हां नूं गुरु फतेह बुलाउणा, वाहिगुरु जी का खालसा वाहिगुरु जी की फतेह। चरणजीत सिंह जी, बड़ा वड्डा इल्जाम लग गया कि एक कंपनी 4500 करोड़ रुपया लैके जिहड़ी चली गई है इत्थों, ਤੁਸੀਂ ਉਹਨਾਂ ਦੇ ਖਿਲਾਫ਼ ਪੰਜਾਬ ਦੇ ਵਿਚ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਦੂਜੇ ਪਾਸੇ ਜਿਹੜਾ ਸੱਤਾਧਾਰੀ ਅਕਾਲੀ ਦਲ ਹੈ ਉਹਨਾਂ ਦੀ ਜਗ੍ਹਾ ਜਿਹੜੀ ਮੁਫ਼ਤ ਚ ਲੈ ਕੇ ਤੇ ਉੱਥੇ ਰੈਲੀ ਕਰ ਰਿਹਾ, ਕੀ ਕਹੋਗੇ ਇਹਦੇ ਬਾਰੇ? ਮੈਂ ਇੱਕ ਗੱਲ ਕਹੂੰਗਾ ਜੀ, ਕਾਂਗਰਸ ਜਿਹੜੀ ਹੈ ਉਹ ਮੁੱਦਾਹੀਨ ਹੋਈ ਪਈ ਹੈ ਜੀ। ਉਹਨਾਂ ਨੇ ਧਰਮ ਦੇ ਨਾਂ ਤੇ ਪੰਜਾਬ ਦੇ ਵਿਚ ਬੜਾ ਵੱਡਾ ਬਖੇੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੀ, ਔਰ ਇੱਕ ਕਿਸਮ ਦਾ ਉਹਨਾਂ ਦੇ ਦਿਮਾਗ ਸੀ ਕਿ ਸ਼ਾਇਦ ਅਕਾਲੀ ਦਲ ਜਿਹੜਾ ਹੈਗਾ ਉਹ ਬਿਲਕੁਲ ਇਸ ਗੱਲ ਨਾਲ ਬੈਕਫੁੱਟ ਤੇ ਆ ਗਿਆ ਤੇ ਹੁਣ ਜਿਹੜਾ ਹੈਗਾ ਕਾਂਗਰਸ ਲਈ ਰਾਹ ਪੱਧਰਾ ਹੋ ਗਿਆ। ਪਰ ਜਿਸ ਕਿਸਮ ਦਾ ਜਿਨ੍ਹਾਂ ਵਾਰ ਮੀਟਿੰਗਾਂ ਦੇ ਵਿਚ ਰਿਸਪਾਂਸ ਮਿਲ ਰਿਹਾ ਹੈ, ਜਿਸ ਕਿਸਮ ਦਾ ਚੈਲੰਜ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸਮੁੱਚੀ ਲੀਡਰਸ਼ਿਪ ਨੇ ਕਬੂਲ ਕੀਤਾ ਹੈ ਜੀ, ਔਰ ਸਦਭਾਵਨਾ ਰੈਲੀਆਂ ਜਿਹੜੀਆਂ ਕਿ 23 ਤਰੀਕ ਬਠਿੰਡੇ ਤੋਂ ਸ਼ੁਰੂ ਕੀਤੀ ਗਈ ਹੈ ਉਹਨੂੰ ਰਿਸਪਾਂਸ ਮਿਲਣਾ ਸ਼ੁਰੂ ਹੋਇਆ। ਮੈਂ ਸਮਝਦਾ ਵੀ ਇਹ ਹੁਣ ਬਿਲਕੁਲ ਨੀਵੇਂ ਕਿਸਮ ਦੇ ਜਿਹੜੇ ਹੈਗੇ ਆ ਇਲਜ਼ਾਮਾਤ ਜਿਹੜੇ ਲਾਉਣੇ ਸ਼ੁਰੂ ਕੀਤੇ ਆ ਜੀ। ਸਾਡੇ ਦੇਸ਼ ਦੀ ਸਭ ਤੋਂ ਜਿਹੜੀ ਵੱਡੀ ਏਜੰਸੀ ਹੈ ਸੀਬੀਆਈ ਕੋਲ ਮੇਰਾ ਖਿਆਲ ਇਹਨਾਂ ਦਾ ਕੇਸ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਹੋ ਸਕਦਾ, ਮੈਂ ਗਲਤ ਵੀ ਹੋ ਸਕਦਾ ਜੀ। ਪਰ ਜੇ ਸੀਬੀਆਈ ਨੇ ਜੋ ਕਰਨਾ ਹੈ ਇਹਨਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਬਣਦੀ ਹੈ ਉਹ ਕਰਦੀ ਰਹੇਗੀ, ਕਿਉਂਕਿ ਪੰਜਾਬ ਸਰਕਾਰ ਦੇ ਥੱਲੇ ਨਹੀਂ ਹੈ ਸੀਬੀਆਈ ਜੀ। ਸਿਰਫ ਤੇ ਸਿਰਫ ਰੈਲੀਆਂ ਅੱਗੇ ਸ਼ਹਿਰ ਚ ਹੁੰਦੀਆਂ ਸੀ ਜਿਹਦੇ ਚ ਸ਼ਹਿਰ ਵਾਲੇ ਲੋਕਾਂ ਨੂੰ ਬੜੀ ਤੰਗੀ ਹੁੰਦੀ ਸੀ, ਪਰ ਸ਼ਹਿਰ ਦੇ ਵਿਚ ਕੋਈ ਐਸੀ ਜਗ੍ਹਾ ਨੀ ਜਿੱਥੇ 1.5-1.5 ਲੱਖ ਬੰਦਾ ਜਿੰਨਾ ਰੈਲੀ ਦੇ ਵਿਚ ਜੁੜਨਾ ਹੈ ਤੇ ਉਹਨੇ ਬੰਦੇ ਬਿਠਾਉਣ ਲਈ ਤੇ ਉਹਨੀਆਂ ਗੱਡੀਆਂ ਦੀ ਕੋਈ ਪਾਰਕਿੰਗ ਹੋਵੇ ਜੀ। ਬੇਫਾਲਤੂ ਜਗ੍ਹਾ ਜਿਹੜੀ ਕਿ ਸਾਫ਼ ਸੁਥਰੀ ਆ ਅਸੀਂ ਕਰਵਾ ਕੇ ਇੱਥੇ ਰੈਲੀ ਕਰਨ ਜਾ ਰਹੇ ਹਾਂ, ਮੇਰਾ ਖਿਆਲ ਹੈ ਇਹਦੇ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਸ਼ਹਿਰ ਤੋਂ ਸਗੋਂ ਦੀ 10 ਕਿਲੋਮੀਟਰ 8 ਕਿਲੋਮੀਟਰ ਦੂਰ ਆ ਗਏ ਹਾਂ। ਇਸ ਗੱਲ ਦੇ ਵਿਚ ਇਹ ਮੈਂ ਸਮਝਦਾ ਕਿ ਜਾਖੜ ਸਾਹਿਬ ਦਾ ਬੁਖਲਾਟ ਦਾ ਬਿਆਨ ਹੈ, ਜਾਖੜ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਨੂੰ ਅਸੀਂ ਸੋਚਦੇ ਸੀ ਕਿ ਗੁੰਮਰਾਹ ਕਰਕੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਵੀ ਅਸੀਂ ਅਗਲੀ ਸਰਕਾਰ ਬਣਾ ਲਾਂਗੇ, ਤਾਂ ਉਸ ਗੱਲ ਤੇ ਜਦੋਂ ਉਹ ਬੈਕਫੁੱਟ ਤੇ ਆਇਆ ਹੁਣ ਇਸ ਕਿਸਮ ਦੇ ਨੀਵੇਂ ਪੱਧਰ ਦੇ ਜਿਹੜੇ ਹੈਗੇ ਆ ਇਲਜ਼ਾਮਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਸਾਹਿਬ, 4500 ਕਰੋੜ ਰੁਪਇਆ ਕੋਈ ਨੀਵੇਂ ਪੱਧਰ ਦੀ ਗੱਲ ਨਹੀਂ ਹੁੰਦੀ, ਲੋਕ ਸੜਕਾਂ ਦੇ ਉੱਤੇ ਖੜ ਕੇ ਰੋਜ਼ ਪ੍ਰਦਰਸ਼ਨ ਕਰਦੇ ਨੇ, ਸਰਕਾਰ ਵੱਲੋਂ ਕਿਸੇ ਵੀ ਚਿੱਟਫੰਡ ਕੰਪਨੀ ਨੂੰ ਜਿਹੜਾ ਘੇਰਿਆ ਨਹੀਂ ਗਿਆ, ਤੁਸੀਂ ਇਸ ਨੂੰ ਨੀਵੇਂ ਪੱਧਰ ਦਾ ਜਿਹੜਾ ਰੂਪ ਕਹਿਣਾ, 4500 ਕਰੋੜ ਰੁਪਇਆ ਪਤਾ ਨਹੀਂ ਕਿੰਨੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਤੁਸੀਂ ਦਾਨੀਵਾਲ ਸਾਹਿਬ ਇਹਨੂੰ ਹੋਰ ਪਾਸੇ ਨੂੰ ਘੁਮਾ ਕੇ ਗੱਲ ਕਰ ਰਹੇ ਹੋ ਜੀ, ਮੇਰੀ ਰਿਕੁਐਸਟ ਤੁਹਾਨੂੰ ਵੀ ਇਹ ਹੈ ਔਰ ਬਾਹਰ ਬੈਠੇ ਸਰੋਤਿਆਂ ਨੂੰ ਵੀ ਇਹ ਹੈ ਵੀ ਜਿਹੜੀ ਜਾਂਚ ਹੀ ਸੀਬੀਆਈ ਕੋਲੇ ਹੋਵੇ ਉਹਦੇ ਚ ਪੰਜਾਬ ਸਰਕਾਰ ਨੇ ਕੁਛ ਨੀ ਕਰਨਾ। ਜਿਹੜੇ ਸਾਡੇ ਵੱਸ ਦੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਬਰਨਾਲੇ ਕੋਲੇ ਸੀ ਜਾਂ 1-2 ਥਾਂ ਤੇ ਹੋਰ ਜਿਹੜੇ ਛੋਟੀਆਂ ਮੋਟੀਆਂ ਕੰਪਨੀਆਂ ਆਈਆਂ ਧਿਆਨ ਵਿਚ, ਅਸੀਂ ਬੜੀ ਸਖ਼ਤੀ ਨਾਲ ਕਾਰਵਾਈ ਕੀਤੀ ਹੈ, ਪਰਚੇ ਦਰਜ ਕੀਤੇ ਹੈ ਔਰ ਮੁਲਜ਼ਮ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਪਿੱਛੇ ਵੀ ਹੈਗੇ ਆ। ਇਸ ਕਰਕੇ ਇਹ ਕਹਿਣਾ ਕਿ ਪੰਜਾਬ ਸਰਕਾਰ ਨੇ ਕੁਛ ਨੀ ਕੀਤਾ, ਜੇ ਸੀਬੀਆਈ ਜਿੱਥੇ ਇੰਟਰਵੀਨ ਕਰ ਜੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਕੁਛ ਕਰਨਾ ਬਾਕੀ। ਚਰਨਜੀਤ ਜੀ, ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦੇ, ਸੀਬੀਆਈ ਕਿਸੇ ਹੋਰ ਮਾਮਲੇ ਦੇ ਵਿਚ ਹੈ, ਇਨਵੈਸਟਮੈਂਟ ਦੇ ਮਾਮਲੇ ਨੂੰ ਲੈ ਕੇ ਨਹੀਂ ਹੈ, ਕਿਉਂਕਿ ਇਨਵੈਸਟਮੈਂਟ ਦੇ ਵਿਚ ਜਿਹੜੀਆਂ ਜੇਕਰ ਸੀਬੀਆਈ ਦੇ ਮਾਮਲਾ ਲਿਆ ਹੁੰਦਾ ਹੁਣ ਨੂੰ ਸੀਬੀਆਈ ਨੇ ਇਹਨਾਂ ਲੋਕਾਂ ਦੇ ਬਿਆਨ ਜਿਹੜੇ ਆ ਕਲਮਬੰਦ ਕਰ ਲੈਣੇ ਸੀ। ਇਹ ਲੋਕ ਲਗਾਤਾਰ ਜਿਹੜਾ ਪੁਲਿਸ ਕੋਲੇ ਮੰਗ ਕਰ ਰਹੇ ਕਿ ਇਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ, ਉਹ ਨਹੀਂ ਕਰ ਰਹੀ ਸੀਬੀਆਈ ਨੇ। ਜਿਹੜਾ ਇਹਨਾਂ ਦੇ ਹੋਰ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਇਹਨਾਂ ਦੇ ਉੱਤੇ ਜਿਹੜਾ ਕੇਸ ਸੀਬੀਆਈ ਦਾ ਕੇਸ ਹੈ, ਪਰ ਕੰਪਨੀ ਦੇ ਵਿਚ ਏ ਬੀ ਸੀ ਡੀ ਕੁਛ ਵੀ ਹੋ ਸਕਦਾ ਹੈ, ਪਰ ਉਹ ਜਿਹੜਾ ਕੇਸ ਹੈ ਸੀਬੀਆਈ ਦੇ ਕੋਲੇ ਹੈ, ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਕੋਲੇ ਕੋਈ ਐਸਾ ਕੇਸ ਨਹੀਂ
ਜੀ ਦੀ ਕੋਈ ਅਸੀਂ ਇਨਕੁਆਇਰੀ ਕਰਕੇ ਤੇ ਕੋਈ ਢਿੱਲ ਮੱਠ ਹੋਵੇ ਇਸ ਕਰਕੇ ਜੇ ਸੀਬੀਆਈ ਸਦਾ ਚਰਨਜੀਤ ਜੀ ਗੱਲ ਮੇਰੀ ਗੱਲ ਸੁਣੋ ਦਾਇਰੇ ਦਾ ਖੇਤਰ ਹੈ ਪਰ ਗੱਲ ਇਹ ਵੀ ਹੁੰਦੀ ਹੈ ਨਾ ਚਰਨਜੀਤ ਜੀ ਕਿਤੇ ਨਾ ਕਿਤੇ ਜਦੋਂ ਆਪਾਂ ਦੇਖ ਲਈਏ ਕਿ ਫਲਾਨਾ ਬੰਦਾ ਲਿਬੜਿਆ ਉਹਦੇ ਆਪਾਂ ਨੇੜੇ ਵੀ ਨਹੀਂ ਖੜਦੇ ਕਿਉਂਕਿ ਸਾਡੇ ਦੇ ਉੱਤੇ ਉਂਗਲਾਂ ਉੱਠ ਗਈਆਂ ਸੀ ਜਿਹੜੀ ਪਰਲ ਕੰਪਨੀਆਂ ਨੇ ਪੰਜਾਬ ਦੇ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਫਰਾਰ ਹੋਈ ਹੈ ਲਿਬੜੀ ਹੋਈ ਕੰਪਨੀ ਇੱਕ ਤਰ੍ਹਾਂ ਨਾਲ ਲੋਕਾਂ ਦੇ ਕੀ ਕਹਿੰਦੇ ਰੂਪਾਂ ਦੇ ਵਿੱਚ ਸੋ ਆਪਾਂ ਆਮ ਤੌਰ ਦੇ ਉੱਤੇ ਬੰਦੇ ਅਵਾਇਡ ਕਰਦੇ ਨੇ ਤੁਸੀਂ ਪਹਿਲਾਂ ਜਿਵੇਂ ਕਿਹਾ ਕਿ ਕਬੱਡੀ ਕੱਪ ਇਹਨਾਂ ਤੋਂ ਸਪੋਂਸਰ ਕਰਾਏ ਅੱਜ ਤੁਹਾਡੀ ਰੈਲੀ ਇੱਥੇ ਹੋ ਰਹੀ ਹੈ ਤਾਂ ਨੋ ਡਾਊਟ ਅਪੋਜੀਸ਼ਨ ਨੂੰ ਇੱਕ ਮੁੱਦਾ ਤਾਂ ਮਿਲਿਆ ਨਾ ਇਸ ਗੱਲ ਨੂੰ ਲੈ ਕੇ ਅਸੀਂ ਦਾਨੇਵਾਲੀਆ ਸਾਹਿਬ ਮੈਂ ਇੱਕ ਬੇਨਤੀ ਕਰਾਂ ਜੇ ਇੰਨੇ ਨੇ ਵੱਡੇ ਧਾਰਮਿਕ ਮਸਲਿਆਂ ਦੇ ਵਿੱਚ ਉਹ ਰਾਜਨੀਤੀ ਖੇਡ ਸਕਦੀ ਹੈ ਇੱਕ ਰੈਲੀ ਵਾਲੀ ਥਾਂ ਨੂੰ ਵੀ ਜੇ ਬਣਾ ਕੇ ਰਾਜਨੀਤੀ ਖੇਡਣਾ ਚਾਹੁੰਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਖੇਡੇ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਕੋਈ ਕਿਸੇ ਕਿਸਮ ਦਾ ਚਿੱਟ ਫੰਡ ਦੇ ਵਿੱਚ ਭਾਵੇਂ ਉਹਨਾਂ ਨੇ ਕੋਈ ਕਬਲਾ ਕੀਤਾ ਭਾਵੇਂ ਉਹਨਾਂ ਨੇ ਕੋਈ ਉਨੀਕੀ ਕੀਤੀ ਹੈ ਉਹ ਸੀਬੀਆਈ ਕੋਲ ਕੇਸ ਹੈਗਾ ਤੇ ਸੀਬੀਆਈ ਕਰੇ ਜਾਂ ਸਾਨੂੰ ਸੀਬੀਆਈ ਜੇ ਕਵੇ ਵੀ ਆ ਪੰਜਾਬ ਪੁਲਿਸ ਦੇ ਕਰਨ ਵਾਲਾ ਕੀ ਕੰਮ ਹੈ ਫਿਰ ਅਸੀਂ ਉਹਨੂੰ ਜਿਹੜਾ ਹੈਗਾ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰਾਂਗੇ ਇਸ ਕਿਸਮ ਦੀ ਕੋਈ ਰਾਜਨੀਤੀ ਖਾਲੀ ਥਾਂ ਪਏ ਦੇ ਉੱਤੇ ਰੈਲੀ ਕਰਾ ਲੈਣੀ ਇਹਦੇ ਚ ਇਹ ਜੇ ਅਕਾਲੀ ਦਲ ਦਾ ਮੈਨੂੰ ਦੱਸੋ ਵੀ ਕੀ ਉਹਨਾਂ ਨਾਲ ਹੋ ਸਕਦੀ ਹੈ ਇਸ ਕਰਕੇ ਅਸੀਂ ਤਾਂ ਲੋਕਾਂ ਦੀ ਸਹੂਲਤ ਲਈ ਸ਼ਹਿਰ ਤੋਂ ਬਾਹਰ ਲੈ ਜਾਂ ਕੱਢ ਕੇ ਅਸੀਂ ਸਟੇਡੀਅਮ ਚ ਕਰਦੇ ਤੁਸੀਂ ਐਸੇ ਚੈਨਲ ਤੋਂ ਫੇਰ ਕਹਿਣਾ ਸੀ ਕਿ ਬੱਚਿਆਂ ਦੇ ਖੇਡਣ ਵਾਲੀ ਜਗ੍ਹਾ ਨੂੰ ਇਹ ਮਿਸ ਯੂਜ਼ ਕਰ ਰਹੇ ਹੈ ਜੇ ਅਸੀਂ ਪਾਰਕ ਦੇ ਵਿੱਚ ਕਰਦੇ ਫੇਰ ਤੁਸੀਂ ਇਹੀ ਕਹਿਣਾ ਸੀ ਕਿ ਸਰਕਾਰੀ ਪ੍ਰੋਪਰਟੀ ਦਾ ਇਸਤੇਮਾਲ ਕਰ ਰਹੇ ਹਾਂ ਜਦੋਂ ਤੁਸੀਂ ਇੱਕ ਮਿੰਟ ਚਰਨਜੀਤ ਜੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਕਿ ਪਹਿਲਾਂ ਕਿਤੇ ਵੀ ਜਿਹੜੀਆਂ ਇਹੋ ਜਿਹੇ ਫੰਕਸ਼ਨ ਕਿਤੇ ਪਾਰਕਾਂ ਤੇ ਸਟੇਡੀਅਮਸ ਦੇ ਵਿੱਚ ਨਹੀਂ ਹੋਏ ਤਾਂ ਸਿੱਧੇ ਤੌਰ ਦੇ ਉੱਤੇ ਤੁਸੀਂ ਇਹ ਕਹਿ ਰਹੇ ਹੋ ਕਿ ਹੁਣ ਤੋਂ ਇਸ ਤੋਂ ਬਾਅਦ ਅਕਾਲੀ ਦਲ ਜਿਹੜਾ ਕੋਈ ਵੀ ਸਰਕਾਰੀ ਜਾਇਦਾਦ ਦਾ ਪ੍ਰਯੋਗ ਨਹੀਂ ਕਰੇਗਾ ਆਪਦੇ ਫੰਕਸ਼ਨਾਂ ਲਈ ਜਿੰਨੀ ਵੱਡੀ ਰੈਲੀ ਹੋ ਰਹੀ ਹੈ ਇੰਨੀ ਵੱਡੀ ਸ਼ਹਿਰ ਚ ਕਿਤੇ ਹੋ ਨਹੀਂ ਸਕਦੀ ਅੱਗੇ ਕੀ ਹੋਣਾ ਮੈਂ ਕੋਈ ਇਹ ਤਾਂ ਹੈ ਨਹੀਂ ਤੁਸੀਂ ਮੈਂ ਤੁਹਾਡੇ ਇਲਜ਼ਾਮਾਂ ਦੀ ਤੁਹਾਡੀ ਗੱਲ ਚੋਂ ਹੀ ਗੱਲ ਤੁਹਾਨੂੰ ਹੀ ਪੁੱਛ ਰਿਹਾ ਕਿ ਇਸ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਉਹੀ ਗੱਲ ਕਰਦਾ ਜਿਹੜਾ ਅੱਗੇ ਤੋਂ ਨਹੀਂ ਕਰੂਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਜਵਾਬ ਦੇ ਰਿਹਾ ਨਾ ਤੁਸੀਂ ਪੂਰਾ ਸੁਣਿਆ ਨਹੀਂ ਹੈ ਅੱਜ ਦੀ ਦਿਹਾੜੀ ਜੋ ਸਾਡੀ ਰੈਲੀ ਸੀ ਸ਼ਹਿਰ ਦੇ ਵਿੱਚ ਸਮਾਈ ਨਹੀਂ ਸੀ ਜਾ ਸਕਦੀ ਪਹਿਲੀ ਗੱਲ ਦੂਜੀ ਗੱਲ ਇਹ ਹੈਗੀ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜੇ ਸਰਕਾਰ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਜੇ ਕਿਤੇ ਪਰਮਿਸ਼ਨ ਲੈ ਕੇ ਰੈਲੀ ਕੀਤੀ ਜਾ ਸਕੂ ਤਾਂ ਉਹ ਭਵਿੱਖ ਦੇ ਵਿੱਚ ਸੋਚਿਆ ਜਾਊਗਾ ਪਰ ਅੱਜ ਦੀ ਰੈਲੀ ਦੇ ਮੁਤਾਬਕ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਅਸੀਂ ਲੋਕਾਂ ਦੀ ਸਹੂਲਤ ਲਈ ਤੇ ਲੋਕਾਂ ਦੇ ਭਲੇ ਲਈ ਇਹ ਸ਼ਹਿਰ ਤੋਂ ਬਾਹਰ ਕੱਢ ਕੇ ਲੈ ਆ ਨਾਮ ਪਰਨ ਕੰਪਨੀ ਦੀ ਇੰਜ ਕੋਈ ਚੀਜ਼ ਅਸੀਂ ਚੱਕ ਕੇ ਲੈ ਜਾਣੀ ਹੈ ਤੇ ਉੱਥੇ ਸਗੋਂ ਦੀ ਉਲਟਾ ਕੁਛ ਨਾ ਕੁਛ ਅਸੀਂ ਸਫਾਈ ਦਾ ਕੁਛ ਨਾ ਕੁਛ ਪ੍ਰਬੰਧ ਉਹਨਾਂ ਦਾ ਸੁਧਾਰ ਕੇ ਜਾਓਗੇ ਪਰਲ ਵਾਲਿਆਂ ਦਾ ਸੁਧਾਰ ਕੇ ਜਾਓਗੇ ਕਹਿਣ ਤੋਂ ਮਤਲਬ ਤੁਹਾਡਾ ਮਤਲਬ ਇਹ ਨਹੀਂ ਕਹਿ ਸਕਦੇ ਪਰਲ ਵਾਲਿਆਂ ਦਾ ਸੁਧਾਰ ਕੇ ਜਾਵਾਂਗੇ ਪਰ ਗੰਦਗੀ ਉੱਥੋਂ ਇਲਾਕੇ ਤੋਂ ਉਸ ਚੋਂ ਸਾਫ਼ ਹੋ ਰਹੀ ਹੈ ਕਿਉਂਕਿ ਸਾਨੂੰ ਕੁਦਰਤੀ ਹੈ ਕਿ ਜੇ ਲੋਕਾਂ ਨੂੰ ਬਿਠਾਉਣਾ ਤਾਂ ਸਾਫ਼ ਸੁਥਰੀ ਜਗ੍ਹਾ ਬਿਲਕੁਲ ਅੱਛਾ ਫਿਰ ਇੰਤਜ਼ਾਮਾਂ ਬਾਰੇ ਦੱਸ ਦਿਓ ਕਿ ਖਾਣ ਪੀਣ ਦਾ ਕਹਿੰਦੇ ਮਿੱਠੇ ਚੌਲਾਂ ਵਗੈਰਾ ਦਾ ਚੰਗਾ ਇੰਤਜ਼ਾਮ ਲੰਗਰ ਪਾਣੀ ਦਾ ਕੀਤਾ ਜਾ ਰਿਹਾ ਕਿੰਨਾ ਜੀ ਇਹਨੂੰ ਜੇ ਤੁਸੀਂ ਆਪਦੀ ਭਾਸ਼ਾ ਦੇ ਵਿੱਚ ਚੱਕਣਾ ਹੋਵੇ ਤਾਂ ਮਿੱਠੇ ਚੌਲਾਂ ਨੂੰ ਤੁਸੀਂ ਇਹ ਵੀ ਬਣਾ ਸਕਦੇ ਹੋ ਕਿ ਖੁਸ਼ੀ ਕਰਾਉਂਦੇ ਆ ਪਰ ਗੁਰੂ ਮਹਾਰਾਜ ਦੀ ਜੋ ਮਰਿਆਦਾ ਹੈ ਸਾਡੇ ਦੀ ਜਿੱਥੇ ਕੋਈ ਚਾਰ ਭੈਣ ਭਾਈ ਇਕੱਠੇ ਹੁੰਦੇ ਆ ਭਾਵੇਂ ਉਹ ਖੁਸ਼ੀ ਤੇ ਇਕੱਠੇ ਹੋਣ ਭਾਵੇਂ ਗਮੀ ਤੇ ਇਕੱਠੇ ਹੋਣ ਭਾਵੇਂ ਕਿਸੇ ਰੈਲੀ ਚ ਇਕੱਠੇ ਹੋਣ ਭਾਵੇਂ ਮੇਲੇ ਚ ਇਕੱਠੇ ਹੋਣ ਸਾਡੇ ਗੁਰੂ ਮਹਾਰਾਜ ਤੋਂ ਲਾ ਕੇ ਸਿਰਤਾਂ ਪਈਆਂ ਹੋਈਆਂ ਤੇ ਜਿਹੜੇ ਲੰਗਰ ਹੈ ਉਹ ਹਮੇਸ਼ਾ ਉੱਥੇ ਵਰਤਾਏ ਜਾਂਦੇ ਆ ਇਸ ਦੇ ਵਿੱਚ ਕੋਈ ਦੋ ਰਹਿ ਨੀ ਕੋਈ ਸ਼ੱਕ ਨੀ ਅਸੀਂ ਆਇਆਂ ਨੂੰ ਚਾਹ ਪਾਣੀ ਦਾ ਲੰਗਰ ਵੀ ਛਕਾਉਣਾ ਔਰ ਪ੍ਰਸ਼ਾਦਾ ਵੀ ਛਕਾਉਣਾ ਔਰ ਜੋ ਲੰਗਰ ਦੇ ਵਿੱਚ ਤਿਆਰ ਹੋਊਗਾ ਸਾਰੀ ਸੰਗਤ ਜਿਹੜੀ ਹੈ ਜਿਵੇਂ ਛਕਦੀ ਹੈ ਉਵੇਂ ਛਕੇਗੀ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਚਰਨਜੀਤ ਜੀ ਸਾਰੇ ਮਾਮਲੇ ਨੂੰ ਲੈ ਕੇ ਲੰਗਰ ਪਾਣੀ ਨੂੰ ਲੈ ਕੇ ਬੱਸਾਂ ਵਗੈਰਾ ਦਾ ਜਾਂ ਲੈਣ ਦਾ ਇੰਤਜ਼ਾਮ ਹਮੇਸ਼ਾ ਲੰਗਰਾਂ ਦੇ ਹਮੇਸ਼ਾ ਜਿਹੜੇ ਸਧਾਰਨ ਜਿਹੜੇ ਇੰਤਜ਼ਾਮ ਨੇ ਲੰਗਰ ਦੇ ਵਿੱਚ ਦਾਲ ਪ੍ਰਸ਼ਾਦਾ ਹੋਏਗਾ ਔਰ ਚਾਹ ਦੇ ਨਾਲ ਕੋਈ ਵੈਜ ਪਕੌੜਾ ਜਿਹੜਾ ਹੋਏਗਾ ਉਹ ਹੋਏਗਾ ਔਰ ਪਾਣੀ ਹੋਏਗਾ ਜੋ ਸਿੰਪਲ ਆਮ ਕਰਕੇ ਰੈਲੀਆਂ ਦੇ ਵਿੱਚ ਹੁੰਦਾ ਉਹੀ ਪ੍ਰਬੰਧ ਜਿਹੜੇ ਆ ਇੱਥੇ ਵੀ ਕੀਤੇ ਗਏ ਤੇ ਬਹਿਣ ਪਰ ਵਗੈਰਾ ਦਾ ਕੀ ਇੰਤਜ਼ਾਮ ਹੋਣਗੇ ਜੀ ਕਿੰਨੇ ਇੱਕ ਜਗ੍ਹਾ ਦੇ ਵਿੱਚ ਪੰਡਾਲ ਲਾਇਆ ਜਾ ਰਿਹਾ ਕਿਹੜੇ ਕਿਹੜੇ ਲੀਡਰ ਆਉਣਗੇ ਜਾਂ ਕੇਂਦਰ ਤੋਂ ਵੀ ਕੋਈ ਬੀਜੇਪੀ ਦੇ ਲੀਡਰ ਆਉਣਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪਾਰਟੀ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਸਾਹਿਬ ਸਾਹਿਬ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਹਾਜ਼ਰ ਹੋਊਗੀ ਔਰ ਦੂਸਰਾ ਜਿਹੜਾ ਹੈਗਾ ਅਸੀਂ 15 ਏਕੜ ਦੇ ਵਿੱਚ ਪੰਡਾਲ ਲਾ ਰਹੇ ਹਾਂ ਔਰ ਉਸ ਤੋਂ ਬਾਅਦ ਲੰਗਰ ਜਿਹੜਾ ਹੈਗਾ 1.5-2 ਏਕੜ ਦੇ ਵਿੱਚ ਲਾ ਰਹੇ ਹਾਂ ਔਰ 60-70 ਏਕੜ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਦੇ ਵਿੱਚ ਬੱਸਾਂ ਕਾਰਾਂ ਤੇ ਮੋਟਰਸਾਈਕਲ ਜਾਂ ਜੋ ਵਹੀਕਲ ਆਉਣੇ ਆ ਉਹਨਾਂ ਦੇ ਖੜਨ ਲਈ ਜਗ੍ਹਾ ਹੈਗੀ ਹੈ ਜੀ ਤੇ ਬੀਜੇਪੀ ਵਗੈਰਾ ਦੇ ਕੋਈ ਲੀਡਰ ਨਹੀਂ ਆ ਰਹੇ ਜੀ ਫਿਰ ਇਸ ਤੋਂ ਮਤਲਬ ਤੁਹਾਡੇ ਭਾਈਵਾਲ ਮੈਂ ਇਸ ਬਾਰੇ ਹਾਲੇ ਤੀਕ ਇਹ ਕਵਾਂ ਵੀ ਨਹੀਂ ਆ ਰਹੇ ਇਹ ਵੀ ਮੇਰਾ ਖਿਆਲ ਹੈ ਜਲਦਬਾਜ਼ੀ ਹੋਊਗੀ ਪਰ ਇੱਕ ਜਿਹੜੇ ਪ੍ਰਬੰਧ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਰਹੇ ਹਾਂ
इस जिहड़ा हैगा गल दा फैसला ये ऊपर नहीं लीडरशिप अपनी पद्धर ते करके मेरे ख्याल है खुद सामने आ जाएगी जी। बाकी जेकर कानून व्यवस्था नूं लैके चलिए जिवें पंजाब दे विच एक तरह नाल तुसीं मन्निया कि लोकां दा चैलेंज जिहड़ा तुसीं कबूल कीता जां पोलिटिकल दूजियां पार्टियां दा जिहड़ा चैलेंज कबूल करके सद्भावना रैली कीती है विरोध नूं रोकण दे लई जेकर कोई इत्थे तुहाडा विरोध करदा तां किस तरह दे इंतजामात रहणगे? देखो डालेवालिया साहब तुसीं शरीफ बंदे हो जी, जिथे तुसीं रहिंदे हो मैनूं वी पता, जे तुसीं घरे बैठे हुण रेडियो कर रहे हैं जी, बाहरों आ के कोई थोड़े घर दे बदमाशी करूगा, जिहड़ा जवाब तुसी देओगे उही असी देवांगे। तुसी अपने मन नूं पुछ लो कि जे बंदा किसी दे घर जाके कोई बदमाशी करदा तां की रहूगा, वरना मैं हथ बन के तुहाडे जरिए हथ बन के बेनती करूंगा कि साडा डेमोक्रेटिक सिस्टम है, जे कोई डेमोक्रेटिक वे नाल साडा कोई विरोधता करदा है, किते कोई धरने वाली थां ते धरना लाउंदा है, किते कोई अपने लेवल ते कोई रोस विखावा करदा, सानू कोई इतराज नहीं, क्योंकि असीं भी ये गल्लां करदे इत्थों तक पहुंचे हैं। पर जे कोई आखे भी किसी की रैली जाके खरल पाउणा है, जे कोई आखे भी मैं फलाने लीडर नूं इस पिंड च आउण नहीं देना, जे कोई आखे कि मैं अकाली दल के बंदियां नूं असीं आ अगे प्रोग्राम कर नहीं देना, मेरा ख्याल है कितने ना कितने साडे डेमोक्रेटिक सिस्टम के उत्ते बहुत वड्डी सट होगी और इनू कोई भी कानून इजाजत नहीं देगा, भावे साडी सरकार है कल नू भावे किसी होर दी होवे, इस गल नू कोई भी जिहड़ा हैगा बर्दाश्त नहीं करूगा। मैं थोड़े जरिए हथ बन के बेनती यही करूंगा कि डेमोक्रेटिक वे नाल जे किसी ने तुहाडा कहण तो भाव है जे किसी ने प्रोटेस्ट करना तो डेमोक्रेटिक वे नाल सड़क दे उत्ते खड़ के कर सकदा, ना कि विच आके तुहाडी रैली च करन पावे, ना कि कोई रैली दे सिस्टम च नूं तंग जी जी बाहर आपदा करे। प्रशासन ने थावां नियुक्त कीतियां होंदियां जिथे मर्जी धरना लावे, असीं कहिड़ा कोई रोकण लगे जां कोई आपदा किसी भी ढंग का प्रेस दे विच बयान देवे कुछ करी जावे। मेरी यह बेनती है कि जिथे घट्टो घट्ट जे असीं प्रोग्राम कर रहे हैं जिस एरिए दा जिस जगह ते प्रोग्राम कर रहे हैं उहदे नेड़े तेड़े मतलब कि कोई बंदा ना आवे कहण तो भाव तुहाडा, मतलब बेनती है साडी हथ बन के किसी के प्रोग्राम दे विच खरल पाउण दी किसी नूं भी नहीं करनी चाहीदी जी। ठीक है, आपदा प्रोटेस्ट करना तुसीं सानूं जे बयान दे देण, मेरा ख्याल है जे सानू तीन कलम मिलने तो नाल दो कलम उन्हू भी मिल जूगा जिहड़ा साडे विरोध दे विच बयान लग्या होगा, तां इहो जिहा सानू रिवाज नहीं पाउणा चाहीदा, क्योंकि इही ताकतां ने जिहड़ियां भरा नूं भरा नाल लड़ाउण वालियां जिहड़ियां हैगियां उह बड़ियां सरगर्म होईयां। जे अज असीं इत्थे किसी कोलों एक दूजे नाल तनाव पैदा करदे आ ते कौन ने? साडे सिख भरा ने, हिंदू भरा ने, जो पंजाबी पंजाबी नाल लड़दा है। पर डेमोक्रेटिक सिस्टम साडा इह है कि 2017 दे विच जे सानू लोक ना चंगा समझणगे सानू नकार देणगे, खुद ब खुद असीं साइड ते बहण जोगे आपे बना देणगे लोक सानू। इस करके हुण जे कोई आखे कि असीं खणी इहनां नूं वी मतलब इहनां तों खोह भी लैणा, इह मेरा ख्याल है कि साडे डेमोक्रेटिक ते बहुत वड्डी सट होएगी जी। बहुत बहुत धन्नवाद चरणजीत जी, मेहरबानी तुहाडी। धन्नवाद साहब, बहुत तुहाडा धन्नवाद, और मैं उम्मीद करदा थोड़े जरिए मेरे बाहरले बैठे भैणा भरावां दे रूबरू करन दा सानू मौका जरूर दोगे, जिथे साडे ते कोई सौ तरह के लक्षण लगते उंगलां उठदियां बिल्कुल जी। चरणजीत जी बिल्कुल, रेडियो पंजाब टुडे वालों हर वक्त तुहाडे नुमाइंदियां नूं तक कॉल कीती जांदी है, बेशक तुहाडे कई वड्डे नुमाइंदे तक साडियां कॉल्स अटेंड नहीं करदे, सरदार विरसा सिंह बटुआ हमेशा ही जिहड़ा रेडियो पंजाब टुडे दे ते आके सरकार दा पक्ष रखदे ने। रेडियो पंजाब टुडे बिल्कुल निरपक्ष तरीके दे नाल जिहड़ा पंजाब दी स्थिति नूं जिहड़ा उजागर करदा, ते हर पोलीटिकल पार्टी नूं आपदा समां दित्ता जांदा, हर पोलीटिकल पार्टी लई साडे दरवाजे खुल्ले ने। असीं इस करके तुहानूं विश्वास दिवांगे, दुनिया भर विच बैठे इन्ने छोटे समें जेकर असीं इन्ने लोकप्रिय होए हैं तो उसका कारण यही है कि असीं निरपक्ष तरीके दे नाल जिहड़ी आपदी रिपोर्टिंग करते हैं। बहुत बहुत धन्यवाद जी, तुहाडा बहुत धन्यवाद। धन्यवाद ते सारे बच्चे मेरे भैणां भरावां नूं प्यार भरी गुरु फतेह वाहिगुरू जी का खालसा वाहिगुरू जी की फतेह। जी सन जी चरणजीत सिंह जिहड़े ओएसडी टू डिप्टी सीएम, सो स्रोतो प्रोग्राम इसे तरह जारी है। तुसी पक्ष सुनिया जी, सरकारी पक्ष, क्योंकि जिस ढंग दे नाल इल्जामात लगे ने जिथे जगह दे उत्ते श्रोमणी अकाली दल बादल वल्लों सद्भावना रैली कीती जा रही है, पारल कंपनी दी इत्थे कलोनी है जी, बठिंडा तों गोनियाणा फरीदकोट रोड दे उत्ते तकरीबन 350 एकड़ दी इह डिस्प्यूटेड कलोनी है। इस नूं वेचण दे उत्ते अग्गे पाबंदी लगी हुई है, उंगलां बड़ियां उठ रहियां ने कि वार वार जिहड़ा श्रोमणी अकाली दल पारल दी बुक्कल विच क्यों जा रहा। शमादान।